ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਇਸ ਵਾਰ ਫਿਰ ਮਾਕਾ ਟਰਾਫੀ ਜਿੱਤਣ ਜਾ ਰਹੀ ਹੈ, ਜਿਸ ਦੀ ਰਸਮੀ ਐਲਾਨ ਭਲੇ ਹੀ ਹੋਣਾ ਹਾਲੇ ਬਾਕੀ ਹੈ। ਪਰ ਪੰਜਾਬ ਸਰਕਾਰ ਨੇ ਤਾਂ ਪੰਜਾਬੀ ਯੂਨੀਵਰਸਿਟੀ ਦੇ ਮਾਕਾ ਟਰਾਫੀ ਨੂੰ ਲੈ ਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦੇ ਦਿੱਤੀ ਹੈ। ਇਸ ਦੇ ਚੱਲਦੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਗਾਤਾਰ ਇਹ ਖਿਤਾਬ 6ਵੀਂ ਵਾਰ ਜਿੱਤਣ ਜਾ ਰਹੀ ਹੈ, ਜਿਸ ਦਾ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਹੈ, ਖਾਸ ਕਰ ਉਹ ਜੋ ਖੇਡਣ ਦੇ ਖੇਤਰ ਦੇ ਸੰਬੰਧ ਵਿੱਚ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ, ਜਿਸ ਨਾਲ ਉਹ ਟਰਾਫੀ ਉਹਨਾਂ ਦੇ ਕੋਲ ਰਹੇ। ਔਰ ਮੈਂ ਇਸੀ ਯੂਨੀਵਰਸਿਟੀ ਕੇ ਅੰਡਰ ਖੇਲਤੀ ਹੂੰ ਔਰ 6ਵੀਂ ਵਾਰ ਜੋ ਮਾਕਾ ਟਰਾਫੀ ਹੈ ਵੋ ਇਸੀ ਯੂਨੀਵਰਸਿਟੀ ਕੀ ਹੋ ਰਹੀ ਹੈ। ਤੋ ਇਸਕੀ ਵਜ੍ਹਾ ਯਹੀ ਹੈ ਕਿ ਬੱਚੇ ਮਿਹਨਤ ਕਰਤੇ ਹੈ, ਖੂਬ ਕੋਚਿਸ ਹੈ, ਉਨਕਾ ਬਹੁਤ ਬੜਾ ਹੱਥ ਹੈ ਇਸ ਪੇ। ਤੋ ਮੈਂ ਚਾਹਤੀ ਹੂੰ ਕਿ ਆਗੇ ਵੀ ਐਸੀ ਮਿਹਨਤ ਕਰੇ ਔਰ ਐਸੀ ਮਾਕਾ ਟਰਾਫੀ ਆਤੀ ਰਹੇ। ਯੂਨੀਵਰਸਿਟੀ ਸੇ ਹੀ ਖੇਲਤੀ ਹੂੰ ਔਰ ਇਸ ਵਾਰ ਜੋ ਮਾਕਾ ਟਰਾਫੀ 6ਵੀਂ ਵਾਰ ਜੋ ਹੋ ਰਹੀ ਹੈ ਪੰਜਾਬੀ ਯੂਨੀਵਰਸਿਟੀ ਕੀ, ਮੁਝੇ ਬਹੁਤ ਖੁਸ਼ੀ ਹੈ ਕਿਉਂਕਿ ਯਹਾਂ ਕੇ ਜੋ ਪਲੇਅਰਸ ਹੈ ਵੋ ਕਾਫੀ ਮਿਹਨਤ ਕਰਤੇ ਹੈ ਇਸਕੇ ਲੀਏ। ਤੋ ਮਿਹਨਤ ਕਰਤੇ ਹੈ, ਪੂਰੇ ਦਿਨ ਪ੍ਰੈਕਟਿਸ ਕਰਤੇ ਹੈ, ਕੋਚਿਸ ਵੀ ਉਨ੍ਹੇ ਪੂਰੇ ਦਿਨ ਪ੍ਰੈਕਟਿਸ ਕਰਾਤੇ ਹੈ ਅੱਛੇ ਸੇ, ਵੋ ਵੀ ਬੱਚੋਂ ਕੇ ਸਾਥ ਕਾਫੀ ਮਿਹਨਤ ਕਰਤੇ ਹੈ। ਤੋ ਮੁਝੇ ਖੁਸ਼ੀ ਹੈ ਕਿ 6ਵੀਂ ਵਾਰ ਯਹਾਂ ਕੀ ਮਾਕਾ ਟਰਾਫੀ ਪੰਜਾਬੀ ਯੂਨੀਵਰਸਿਟੀ ਕੋ ਮਿਲ ਰਹੀ ਹੈ ਔਰ ਅਗਲੀ ਵਾਰ ਵੀ ਯਹੀਂ ਆਏ। अरुण कुमार। अरुण जी, आप पंजाबी बोलो, हिंदी बोलो? हिंदी। हमें बड़ी खुशी है कि हम इस बार भी मक्का ट्रॉफी पे कब्जा करने में, मतलब हमारा समर्थन अच्छा लग रहा है कि हमारी यूनिवर्सिटी 6ठी बार फिर से मक्का ट्रॉफी लेके आ रही है और हम आगे भी और ज्यादा मेहनत करेंगे और ज्यादा बच्चे मेडल लेके आएंगे ताकि आगे से हर बार आगे 20 साल और कम से कम हम मक्का ट्रॉफी पे अपना कब्जा कर सकें। पटियाला तो SM1 न्यूज़ के लिए बलजीत सरना की रिपोर्ट।